ਤੇ ਅੱਜ ਕੇਜਰੀਬਾਲ ਜਿਨ੍ਹਾਂ ਤੇ ਦੋਸ਼ ਲੱਗਦਾ ਵੀ ਇਹ ਭਾਜਪਾ ਦੀ 20 ਟੀਮ ਕੀ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਨਹੀਂ ਮੈਨੂੰ ਕਾਫੀ ਅੱਜ ਤੱਕ ਇਹਦੇ ਵਿੱਚ ਸਜਾਈ ਲੱਗਦੀ ਹੈ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਇੰਡੀਆ ਅਗੇਂਸਟ ਕ腐ਸ਼ਨ ਤੋਂ ਇਹ ਨਿਕਲੇ ਉਹ ਸਾਰੀ ਮੂਵਮੈਂਟ ਆਰਐਸਐਸ ਦੀ ਸੀ ਇੰਡੀਆ ਅਗੇਂਸਟ ਕ腐ਸ਼ਨ ਆਰਐਸਐਸ ਦੀ ਮੂਵਮੈਂਟ ਸੀ ਉਹਦੇ ਜੋ ਹਾਲਾ ਲਾਲਾ ਹੋਈ ਉਹਦੇ ਚੋਂ ਇਹ ਅੱਗੇ ਆਏ ਆ ਜਿਹੜੇ ਇਹਨਾਂ ਦੇ ਮੁੱਖ ਨਾਰੇ ਤੁਸੀਂ ਉਹੀ ਦੇਖ ਲਓ ਬੰਦੇ ਮਾਤਰਮ ਭਾਰਤ ਮਾਤਾ ਦੀ ਜੈ ਆਰਐਸਐਸ ਦੀ ਉਸ ਲੱਗਦੀਆਂ ਉੱਥੇ ਨਾਰੇ ਲਾਉਂਦੇ ਹੀ ਆ ਉਹ ਉਹ ਭਗਤ ਸਿੰਘ ਨੂੰ ਵੀ ਆਪਣਾ ਹੀ ਮੰਨਦੇ ਆ ਹੂੰ ਉਹਨਾਂ ਆ ਐਬੀਬੀਪੀ ਵਾਲੇ ਭਾਜਪੀ ਵਾਲੇ ਭਗਤ ਸਿੰਘ ਨੂੰ ਉਹ ਇੱਕ ਦੇਸ਼ ਭਗਤ ਮੰਨਦੇ ਆ ਤੇ ਦੇਸ਼ ਭਗਤ ਦਾ ਮਤਲਬ ਇੱਕ Hindu ਦਾ ਰક્ષਕ ਮੰਨਦੇ ਆ ਉਹ ਕੇਸਰੀਆ ਉਧਰ ਨੂੰ ਉਸ ਕੱਲ ਨੂੰ ਚੱਲਦੇ ਆ ਉਹ ਬਸੰਤੀ ਰੰਗ ਨੂੰ ਨਹੀਂ ਚੱਲਦੇ ਉਸ ਪਾਸੇ ਨੂੰ ਦੱਬੀ ਜਾਂਦੇ ਕਾਂਟਾ ਤੇ ਉਹ ਏਬੀਬੀਪੀ ਲੈ ਕੇ ਉਹਨਾਂ ਦੇ ਭਗਤ ਸਿੰਘ ਦੇ ਕੇਸਰੀ ਪੱਗ ਬੰਨੀ ਹੋਈ ਹੈ ਬਿਲਕੁਲ ਉਹ ਇੰਜ ਮਣਾਉਂਦੇ ਆ ਉਹ ਜਾਨੀ ਕੋਸ਼ਿਸ਼ ਕਰਦੇ ਆ ਕਿ ਹੈਟ ਵਾਲੀ ਜਿਹੜੀ ਹੋਵੇ ਜਿਹੜੀ ਫੋਟੋ ਆ ਹੁਣ ਜਿਸ ਤਰ੍ਹਾਂ ਵੀ ਹੈ ਉਹਨਾਂ ਦਾ ਆਪਣਾ ਇੱਕ ਪ੍ਰਚਾਰ ਹੈ ਉਹ ਤੇ ਸਿੱਖਾਂ ਨੂੰ ਵੀ ਇਹੀ ਕਹਿੰਦੇ ਪੀ ਇਹ ਦਾੜੀ ਵਾਲੇ Hindu ਆ ਗਾਤਰੇ ਵਾਲੇ Hindu ਆ ਇਹ ਗੱਲਾਂ ਵੱਡੀਆਂ ਡਿਬੇਟਾਂ ਚੱਲੀ ਜਾਣੀਆਂ ਆ ਉਸ ਕਿਸਮ ਦਾ ਉਹਨਾਂ ਨੂੰ ਇਹ ਤਿੰਨੇ ਨਾਰਿਆਂ ਦੇ ਵਿੱਚ ਕੋਈ ਆਰਐਸਐਸ ਦੇ ਬ੍ਰੂਤਾਂ ਬੜੀ ਗੱਲ ਨਹੀਂ ਹੈਗੀ ਜੀਦੋ ਇਹ ਲੈ ਕੇ ਚੱਲਦੇ ਆ ਸਾਰੀ ਤੇ ਇਹਦਾ ਮਤਲਬ ਉਸੇ ਤਰੀਕੇ ਦੇ ਹੀ ਹੈਗੇ ਪਰ ਸਵਾਲ ਇਹ ਆ ਮੈਂ ਤੁਹਾਨੂੰ ਦੂਜੇ ਪਾਸੇ ਦੱਸਦਾ ਘਾ 370 ਜਦੋਂ ਹਟੀ ਅਸੀਂ ਤੇ ਰੋਲਾ ਪਾਇਆ ਪੂਰਾ ਜਿੰਨਾ ਕੁ ਵੀ ਪਾਇਆ ਇੱਕ ਕਿਸੇ ਨਾਲ ਠੱਕਾ ਫੈਡਰਲਿਜ਼ਮ ਤੇ ਸਾਡੇ ਸੰਘੀ ਢਾਂਚੇ ਤੇ ਐਡੀ ਵੱਡੀ ਝੋਟ ਕੇ ਜਿਨ੍ਹਾਂ ਦਾ ਆਪਣਾ ਕਨਸਟੀਟਿਊਸ਼ਨ ਸੀ ਆਪਣਾ ਝੰਡਾ ਸੀ ਆਪਣਾ ਐਂਥਮ ਸੀ ਆਪਣੀ ਸੁਪਰੀਮ ਕੋਰਟ ਸੀ ਆਪਣੇ ਚੀਫ ਮਿਨਿਸਟਰ ਨੂੰ ਪ੍ਰਧਾਨ ਮੰਤਰੀ ਕਹਿੰਦੇ ਸੀ ਠੀਕ ਹੈ ਜਦੋਂ ਉਸ ਕਿਸਮ ਦੇ ਸਟਰਕਚਰ ਨੂੰ ਭੰਨ ਕੇ ਰੱਖਤਾ ਇਹ ਕੇਜਰੀਵਾਲ ਕਿੱਥੇ ਸੀ ਅਸੀਂ ਤੇ ਸੀਗੇ ਸੜਕਾਂ ਤੇ ਉਹਦੇ ਸਰਪਾਜ ਪਾ ਦੇ ਨਾਲ ਮਿਲਦੀ ਸੀ ਬਿਲਕੁਲ ਨਾਲ ਸੀ ਸੀਏ ਇਹ ਵੇਲੇ ਕਿੱਥੇ ਸੀ ਜਦੋਂ ਉਹਨਾਂ ਦੇ ਉੱਥੇ ਲੱਗਾ ਰਿਆ ਇਹ ਉਹਦੇ ਹੱਕ ਚ ਭੁਗਤੇ ਆ ਇਸ ਲਈ ਇਹ ਉਹਨਾਂ ਦਾ ਹੀ ਰੂਪ ਆ ਤੁਸੀਂ ਉਹਨਾਂ ਦੀਆਂ ਪ੍ਰੈਕਟੀਕਲ ਜਿਹੜੇ ਪਹਿਲ ਕਦਮ ਆਇਆ ਜਾਂ ਪ੍ਰਾਇੋਰਟੀਜ਼ ਆ ਉਹ ਜੇ ਦੇਖੋਗੇ ਉਹ ਉਸ ਜਗ੍ਹਾ ਤੇ ਜਾਣਾ ਚਾਹੁੰਦੇ ਆ ਜਿਹੜੀ ਹੌਲੀ ਹੌਲੀ ਜਗ੍ਹਾ ਲੱਗਦਾ ਆਰਐਸਐਸ ਨੂੰ ਲੱਗਦਾ ਜਾਂ ਬੀਜੇਪੀ ਨੂੰ ਲੱਗਦਾ ਕਾਂਗਰਸ ਤੋਂ ਖਾਲੀ ਕਰਾਉਣੀ ਆ ਜਾਂ ਕਾਂਗਰਸ ਤੋਂ ਖਾਲੀ ਹੋਈ ਜਾ ਰਹੀ ਹੈ ਉਸ ਜਗ੍ਹਾ ਦੇ ਵਿੱਚ ਰਾਜਨੀਤਿਕ ਸਪੇਸ ਵਿੱਚ ਇਹਨਾਂ ਨੂੰ ਲਗਾਤਾਰ ਫਿੱਟ ਕੀਤਾ ਜਾ ਰਿਹਾ ਔਰ ਜਿੱਥੇ-ਜਿੱਥੇ ਕਾਂਗਰਸ ਨੂੰ ਪਰ੍ਹਾਂ ਕਰਨਾ ਉੱਥੇ ਇਹਨਾਂ ਨੂੰ ਕੇਜਰੀਵਾਲ ਨੂੰ ਹੱਲਾਸ਼ੇਰੀ ਦੇ ਕੇ ਕਹਿੰਦੇ ਆ ਹਾਂ ਮਤਲਬ ਪੰਜਾਬ ਦੇ ਲੋਕ ਤਾਂ ਭੁਲੇਖੇ ਜੀ ਨੇ ਵੀ ਅਸੀਂ ਭਾਜਪਾ ਨੂੰ ਬੀਜੇਪੀ ਨੂੰ ਅਸੀਂ ਪੰਜਾਬ 'ਚ ਵਧਣ ਨਹੀਂ ਦਿੰਦੇ ਉਹ ਕਹਿੰਦੇ ਆ ਪਰ ਭਾਜਪਾ ਤਾਂ ਰਾਜ ਕਰੀ ਬੈਠੀ ਹੈ ਇਨਡਾਇਰੈਕਟਲੀ ਯੈਸ ਹੁਣ ਤੁਸੀਂ ਕਦੀ ਅਵੈਸੀ ਨੂੰ ਸੁਣਿਆ ਹਾਂਜੀ ਉਹ ਇੰਜ ਲੱਗਦਾ ਹੁੰਦਾ ਵੀ ਇਹਦੇ ਬਿਨਾਂ ਤੇ ਇੱਥੇ ਦਾ ਮੁਸਲਮ ਸਮੁਦਾਇ ਮਾਰੀ ਜਾਊਗਾ ਇਨਾ ਉਹਨਾਂ ਦੇ ਪ੍ਰਤੀ ਪਰ ਸਾਰਿਆਂ ਨੂੰ ਪਤਾ ਕਿ ਉਹ ਉਹਨਾਂ ਦੀ ਹੀ ਖੜਾ ਕੀਤਾ ਹੁੰਦਾ ਬੰਦਾ ਜਿੱਥੇ ਮੁਸਲਮ ਵੋਟਾਂ ਨੂੰ ਵੰਡਣਾ ਜਿ ਤਰ੍ਹਾਂ ਕਿਤੇ ਸਪਾ ਨੂੰ ਚਲੇ ਗਈ ਜਾਂ ਟੀਐਮਸੀ ਨੂੰ ਵੋਟ ਜਾ ਰਹੀ ਆ ਜਾਂ ਕਿਤੇ ਆਰਜीडी ਨੂੰ ਵੋਟ ਜਾ ਰਹੀ ਹੈ ਬਿਹਾਰ ਦੇ ਵਿੱਚ ਜਾਂ ਪੱਛਮੀ ਬੰਗਾਲ ਯੂਪੀ ਚ ਉੱਥੇ ਉਹਨੂੰ ਭੇਜ ਦਿੰਦੇ ਬੰਦੇ ਖੜੇ ਕਰ ਪੈਰ ਲੈ ਆਪਣੇ ਵੋਟਾਂ ਤੋੜਨ ਲਈ ਮੁਸਲਮੋਟਾਂ ਤੋੜਨ ਲਈ ਇਹੀ ਕੰਮ ਏ ਆ ਵੀ ਤੂੰ ਕਾਂਗਰਸ ਦੀਆਂ ਜਿਹੜੀਆਂ ਐਂਟੀ ਬੀਜੇਪੀ ਵੋਟਾਂ ਹੋਣਗੀਆਂ ਉਹ ਕਾਂਗਰਸ ਜਾਂ ਹੋਰ ਪਾਰਟੀਆਂ ਨੂੰ ਜਾਣ ਦੀ ਜਗ੍ਹਾ ਤੂੰ ਆਪਣਾ ਵਿੱਚ ਜਾਲ ਲੈ ਕੇ ਮੱਛੀਆਂ ਨੂੰ ਫੜ ਲਾ ਤੂੰ ਉਧਰ ਨਹੀਂ ਜਾਣ ਦੇਣੀਆਂ ਤੇ ਤੈਨੂੰ ਲਾਲਾ ਲਾਲਾ মিডিਆ ਦੇ ਵਿੱਚ ਕੋਈ ਕਾਰਪੋਰੇਟ ਇਹਨਾਂ ਨੇ ਵੀ ਜੋੜੇ ਹੋਇਆ ਉਹ ਕਰਵਾਈ ਜਾਂਦੇ ਆ ਤੁਸੀਂ ਦੇਖੋ ਪੂਰੇ ਪੂਰੇ ਪੇਜ ਦੀਆਂ ਐਡਵਰਟਾਈਜ਼ਮੈਂਟ ਰੋਜ਼ ਆ ਰਹੀਆਂ ਪੈਸਾ ਕਿੱਥੋਂ ਆ ਰਿਹਾ ਆ ਇੱਕ ਹੋਰ ਗੱਲ ਉਹਨੂੰ ਐਡਵਰਟੋਰੀਅਲ ਕਹਿੰਦੇ ਆ ਉਹ ਖਬਰਾਂ ਦੇ ਰੂਪ ਚ ਪੂਰਾ ਪੇਜ ਹੀ ਖਰੀਦ ਕੇ ਲਾ ਦਿੰਦੇ ਉਹ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਚੰਗੇ ਭਲੇ ਬੰਦੇ ਆਂਦਾ ਬੁੱਧੂ ਬਣਾਈ ਜਾਂਦੇ ਆ ਕਿ ਭੀ ਉਹ ਵੇਖਣ ਨੂੰ ਖਬਰਾਂ ਲੱਗਦੀਆਂ ਹੁੰਦੀ ਐਡਵਰਟਾਈਜ਼ਮੈਂਟ ਆ ਲਾ 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 ਕਰਾਇਓ ਇਹ ਸਾਰਾ ਕੰਮ ਹਵਾ ਬਾਜੀ ਦਾ ਤਰਤਲ ਤੇ ਨਹੀਂ ਕੁਝ ਹੋ ਰਿਹਾ ਜੋ ਨੀਅਤਾਂ ਹੀ ਨਹੀਂ ਐ ਨੀਅਤ ਹੀ ਸੱਤਾ ਦੇ ਉੱਤੇ ਕਬਜ਼ੇ ਕਰਨ ਦੀ ਐ ਦੇਸ਼ ਦੇ ਵਿੱਚ ਇੱਕ ਨਵੀਂ ਪਾਰਟੀ ਖੜੀ ਕਰਕੇ ਤੇ ਜਿੰਨੀਆਂ ਵੀ ਮਾੜੀਆਂ ਮੋਟੀਆਂ ਟੁੱਟੀਆਂ ਭੱਜੀਆਂ ਸਾਡੇ ਕੋਲ ਧਰਮ ਨਿਰਪੱਖ ਸ਼ਕਤੀਆਂ ਹੈਗੀਆਂ ਜਾ ਤੁਸੀਂ ਕਹਿ ਲੋ ਸੈਂਟਰ ਲੈਫਟ ਹੈ ਜਾਂ ਸੈਂਟ੍ਰਿਸਟ ਹੈ ਉਹਨਾਂ ਨੂੰ ਸਾਰਿਆਂ ਨੂੰ ਖਦੇੜ ਕੇ ਕਮਜ਼ੋਰ ਕਰਕੇ ਕੇਜਰੀਵਾਲ ਨੂੰ ਇਥੇ ਉਹ ਡਬਲ ਰਾਈਟਿਸਟ ਜਗ੍ਹਾ ਦਿੱਤੀ ਜਾ ਰਹੀ ਹੈ ਉਹ ਜੇ ਮੰਨ ਲਓ 21 ਡਿਗਰੀ ਹੈ ਰਾਈਟ ਭਾਜਪਾ ਇਹਨੂੰ 19 ਡਿਗਰੀ ਰਾਈਟ ਕਰ ਦੇਣਗੇ ਰਹਿਣਗੇ ਰਾਈਟ ਤੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਆਰਐਸਐਸ ਦੇ ਹੱਥਾਂ 'ਚ ਹੋਣਗੇ